ਸਤ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ ਅਜੀਤ ਵੈਬ ਟੀਵੀ ਦੇਖਣ ਵਾਲੇ तमाम ਦਰਸ਼ਕਾਂ ਦਾ ਅਜੀਤ ਖਬਰਾਂ ਦੇ ਆਜ ਦੇ ਬੁਲੇਟਨ ਦੇ ਵਿੱਚ ਮੈਂ ਕਮਲਪ੍ਰੀਤ ਸਿੰਘ ਨਿੱਘਾ ਸਵਾਗਤ ਕਰਦਾ ਹਾਂ ਤੇ ਰੋਜ਼ਾਨਾ ਦੀ ਤਰ੍ਹਾਂ ਆਓ ਪਹਿਲਾ ਇੱਕ ਚਾਤ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਰਾਜਮਾਤਾ ਸਵਰਗੀ ਮਹਿੰਦਰ ਕੌਰ ਦੀ ਅੰਤਿਮ ਅਰਦਾਸ ਵਿੱਚ ਡਾਕਟਰ ਮਨਮੋਨ ਸਿੰਘ ਗੁਲਾਮ ਨਬੀ ਆਜ਼ਾਦ ਤੇ ਸੁਖਬੀਰ ਸਿੰਘ ਬਾਦਲ ਨੇ ਕੀਤੀ ਸ਼ਮੂਲੀਅਤ ਮੋਗਾ ਪੁੱਜਨ ਤੇ ਹਰਮਨਪ੍ਰੀਤ ਕੌਰ ਦਾ ਪ੍ਰਸ਼ਾਸਨਤ ਖੇਡ ਪ੍ਰੇਮੀਆਂ ਵੱਲੋਂ ਭਰਵਾ ਸਵਾਗਤ ਉਦਯੋਗਪਤੀ ਰਵਿੰਦਰ ਪੱਪੂ ਕੋਛੜ ਨੂੰ ਮਾਰਨ ਵਾਲੇ ਦੋ ਗੈਂਗਸਟਰਾਂ 'ਚੋਂ ਇੱਕ ਦੀ شناخت ਮਨ ਕੀ ਬਾਤ ਪ੍ਰੋਗਰਾਮ 'ਚ ਬੋਲੇ ਪ੍ਰਧਾਨ ਮੰਤਰੀ ਦੇਸ਼ ਵਾਸੀਆਂ ਨੂੰ ਬੇਟੀਆਂ ਤੇ ਮਾਣ ਅਤੇ ਜੈ ਸ਼੍ਰੀ ਰਾਮ ਦਾ ਨਾਅਰਾ ਲਗਾਉਣ ਤੇ ਨਿਤਿਸ਼ ਦੇ ਮੰਤਰੀ ਖਿਲਾਫ ਫਤਵਾ ਜਾਰੀ ਤੇ ਉਹਨਾਂ ਇਹਨਾਂ ਖਬਰਾਂ ਦਾ ਵਿਸਥਾਰ ਤੇ ਬਾਕੀ ਦੀਆਂ ਖਬਰਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਸਵਰਗਵਾਸੀ ਮਹਿੰਦਰ ਕੌਰ ਜੀ ਦੀ ਆਤਮਿਕ ਸ਼ਾਂਤੀ ਲਈ ਰੱਖੇ ਪਾਣ ਦੀ ਅਰਦਾਸ ਤਖਤ ਸ਼੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਬਾਲ ਸਿੰਘ ਨੇ ਕੀਤੀ ਇਸ ਮੌਕੇ ਦੇਸ਼ ਭਰ ਤੋਂ ਵੱਖ-ਵੱਖ ਰਾਜਨੀਤਿਕ ਅਤੇ ਸਮਾਜਿਕ ਆਗੂਆਂ ਵੱਲੋਂ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀਆਂ ਗਈਆਂ ਜਿਵੇਂ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਾਬਕਾ ਕੇਂਦਰੀ ਮੰਤਰੀ ਗੁਲਾਮ ਨਬੀ ਆਜ਼ਾਦ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖੈਰਾ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਵਿਜੇ ਸਾਹਪਲਾ ਤੋਂ ਇਲਾਵਾ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਮੌਜੂਦ ਸਨ ਪਹਿਲਾ ক্রিকেট ਵਿਸ਼ਵ ਕੱਪ ਪੇਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਭਾਰਤੀ ਖਿਡਾਰੀ ਹਰਮਨਪ੍ਰੀਤ ਕੌਰ ਮੋਗਾ ਜ਼ਿਲ੍ਹੇ ਚ ਆਪਣੇ ਜੱਦੀ ਪਿੰਡ ਪੁੰਜੀ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਤੇ ਖੇਡ ਪ੍ਰੇਮੀਆ ਵੱਲੋਂ ਉਹਨਾਂ ਦਾ ਪਰਮਾ ਸਵਾਗਤ ਕੀਤਾ ਗਿਆ ਹਰਮਨ ਨੂੰ ਖੁੱਲੀ ਜੀਪ 'ਚ ਬਿਠਾ ਕੇ ਪੂਰੇ ਸ਼ਹਿਰ ਦਾ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਦੌਰਾ ਕਰਵਾਇਆ ਗਿਆ ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਰਾਜਾ ਸੰਸੀ ਹਵਾਈ ਅੱਡੇ ਪਹੁੰਚਣ ਤੇ ਖੇਡ ਪ੍ਰੇਮੀਆ ਵੱਲੋਂ ਉਸ ਦਾ ਨਿਗਾ ਸਵਾਗਤ ਕੀਤਾ ਗਿਆ ਹਰਮਨ ਪ੍ਰੀਤਕੌਰ ਨੇ মিডিਆ ਨਾਲ ਗੱਲ ਕਰਦੇ ਕਹਾ ਕਿ ਉਸ ਨੂੰ ਬਹੁਤ ਖੁਸ਼ੀ ਹੈ ਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਵਿਸ਼ਵ ਕੱਪ ਫਾਈਨਲ ਵਿੱਚ ਪੁੱਜੀ ਇਸ ਦੌਰਾਨ ਪੂਰੀ ਟੀਮ ਨੇ ਵਧੀਆ ਪ੍ਰਦਰਸ਼ਨ ਕੀਤਾ ਉਹਨਾਂ ਕਿਹਾ ਕਿ ਹੁਣ ਪੂਰੀ ਟੀਮ ਦੀਆਂ ਨਜ਼ਰਾਂ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਤੇ ਟਿਕੀਆਂ ਹਨ اچھا ਲੱਗ ਰਿਹਾ ਹੈ ਇੰਨੇ ਸਾਲਾਂ ਤੋਂ ਮਿਹਨਤ ਕਰ ਰਹੇ ਸੀ ਅੱਜ ਸਰ ਤੋਂ ਐਪਰੀਸ਼ੀਏਸ਼ਨ ਮਿਲ ਰਿਹਾ ਹੈ acha ਲੱਗ ਰਿਹਾ ਹੈ ਉਹਨਾਂ ਲਈ ਯੂਵਾਂਸੀ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੇਰਾ ਇਹ ਮੈਸੇਜ ਹੈ ਕਿ ਅਗਰ ਤੁਹਾਡੇ ਘਰ ਦੇ ਵਿੱਚ ਕੋਈ ਵੀ ਲੜਕਾ ਜਾਂ ਲੜਕੀ ਕ੍ਰਿਕਟ ਜਾਂ ਕਿਸੇ ਹੋਰ ਸਪੋਰਟ ਦੇ ਵਿੱਚ ਇੰਟਰਸਟ ਦਿਖਾਉਂਦੇ ਪੇਰੈਂਟਸ ਨੂੰ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਪੰਜਾਬ ਸਰਕਾਰ ਵੱਲੋਂ ਵੀ ਤੁਹਾਨੂੰ ਇੱਕ ਨੌਕਰੀ ਉੱਪਰ ਦਿੱਤੀ ਜੀ ਸਰ ਐਕਚੁਅਲੀ ਉਹ ਟੋਟਲੀ ਮੇਰੇ ਪੇਰੈਂਟਸ ਦਾ ਡਿਸੀਜਨ ਹੈ ਇੱਕ ਵਾਰੀ ਪਹਿਲਾਂ ਮੈਨੂੰ ਕੈਪਟਨ ਸਰ ਨਾਲ ਮਿਲਣ ਉਸ ਤੋਂ ਬਾਅਦ ਹੀ ਕਰਾਂ ਔਰ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਮੈਨੂੰ ਜੌਬ ਆਫਰ ਕੀਤਾ ਥੈਂਕ ਯੂ ਅਗਲਾ ਤੁਹਾਡਾ ਲਕਸ਼ਾ ਕੀ ਹੋਊਗਾ ਇਸ ਤੋਂ ਬਾਅਦ ਨੈਕਸਟ ਈਅਰ ਵਰਲਡ ਕੱਪ ਹੈ ਉਸ ਲਈ ਪ੍ਰੈਪਰੇਸ਼ਨ ਕਰਾਂਗੇ ਉਹਨੇ ਜੈਤੂਨ ਸ਼ਹਿਰ ਦੇ ਉਦਯੋਗਪਤੀ ਰਵਿੰਦਰ ਪੱਪੂ ਕੋਚੜ ਨੂੰ ਬੀਤੇ ਦਿਨ ਗੋਲੀਆਂ ਮਾਰ ਕੇ ਹਲਾ ਕਰਨ ਵਾਲੇ ਦੀ ਪੁਲਿਸ ਨੇਸ਼ਾਨਾ ਆਖਤ ਕਰ ਲੈਂਦਾ ਦਾਵਾ ਕੀਤਾ ਹੈ ਡੀਐਸਪੀ ਬਲਜਿੰਦਰ ਸਿੰਘ ਸੰਧੂ ਤੇ ਐਸਐਚਓ ਸੁਨੀਲ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈਆਂ ਤਸਵੀਰਾਂ ਮੁਤਾਬਕ ਹਰ ਸਿਮਰਨਦੀਪ ਸਿੰਘ ਉਰਫ ਸਿਮਾ ਪੁੱਤਰ ਗੁਰਮukh ਸਿੰਘ ਵਾਸੀ ਬੇਬਲਕਲਾ ਗੁਰਬਖਸ਼ ਸਿੰਘ ਸੇਵੇਵਾਲਾ ਦੇ ਗਰੁੱਪ ਦੇ ਨਾਲ ਸੰਬੰਧਿਤ ਗੈਂਗਸਟਰ ਹੈ ਇਦੇ ਵਿੱਚ ਐਫਆਈਆਰ ਦਰਜ ਕਰ ਲਈ ਗਈ 111 ਨੰਬਰ ਜਿਹਦੇ ਵਿੱਚ ਇੱਕ ਬੰਦਾ ਨਾਮਜ਼ਦ ਕੀਤਾ ਗਿਆ ਸਿਮਰਨਦੀਪ ਸਿੰਘ ਉਰਫ ਸਿਮਾ ਜਿਹੜਾ ਕਿ ਬਾਬਲ ਕਲਾ ਦਾ ਰਹਿਣ ਵਾਲਾ ਹੈ ਇਹਦੇ ਨਾਲ ਇੱਕ ਹੋਰ ਅਣਛਾਤਾ ਬੰਦਾ ਵੈ ਉਹਨੂੰ ਵੀ ਇਸ ਪਰਚੇ ਵਿੱਚ ਰੱਖਿਆ ਗਿਆ ਤੇ ਇਹ ਜੋ ਹਜੇ ਤੱਕ ਪਤਾ ਲੱਗਾ ਹੈ ਗੁਰਬਖਸ਼ ਸਿੰਘ ਸੇਵੇ ਵਾਲੇ ਗੈਂਗ ਜਿਹੜਾ ਹੈ ਉਹਨਾਂ ਦੇ ਕਹਿਣ ਤੇ ਨੇ ਵਾਰਦਾਤ ਕੀਤੀ ਨਹੀਂ ਗੁਰਬਖਸ਼ ਨੂੰ ਨਾਮਜ਼ਦ ਨਹੀਂ ਕੀਤਾ ਗਿਆ ਹਜੇ ਸੈਕੰਡ ਪਰਸਨ ਜਿਹੜਾ ਉੱਥੇ ਆਇਆ ਸੀ ਉਹ ਆਇਡੈਂਟੀਫਾਈ ਨਹੀਂ ਹੋਇਆ ਸੀਸੀਟੀਵੀ ਫੁਟੇਜ ਵਿੱਚ ਜਿਹੜਾ ਉਹ ਦਿਸਦਾ ਹੈ ਕਿ ਮਰੂਤੀ ਜੁਕੀ Swift ਦੇ ਜਾਇਰ ਸੀ ਜਿਹੜੀ ਗੱਡੀ ਉੱਥੇ ਆਈ ਹੈ ਵਾਈਟ ਕਲਰ ਦੀ ਇੱਕ ਬੰਦਾ ਬਾਹਰ ਨਿਕਲੇ ਇੱਕ ਬੰਦਾ ਅੰਦਰ ਰਿਹਾ ਜਿਹੜਾ ਬਾਹਰ ਨਿਕਲੇ ਉਹ ਆਇਡੈਂਟੀਫਾਈ ਹੋ ਗਿਆ ਸਿਮਰਨਦੀਪ ਜਿਹੜਾ ਅੰਦਰ ਵਾਲਾ ਉਹ ਜੈ ਆਇਡੈਂਟੀਫਾਈ ਨਹੀਂ ਹੋਇਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਬੋਲਦਿਆਂ ਕਿਹਾ ਕਿ ਹਾਂ ਕਿ GST ਕਾਰਨ ਕਈ ਚੀਜ਼ਾਂ ਦੀਆਂ ਕੀਮਤਾਂ ਘਟੀਆਂ ਹਨ ਜਦਕਿ ਵਪਾਰੀਆਂ ਦਾ GST ਨੂੰ ਲੈ ਕੇ ਭਰੋਸਾ ਵਧਿਆ ਹੈ ਉਹਨਾਂ ਕਿਹਾ ਕਿ ਹਰ ਪ੍ਰਭਾਵੀ ਤੇ ਇਲਾਕਿਆਂ ਵਿੱਚ ਰਾਹਤ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਦੀਆਂ ਬੇਟੀਆਂ ਨੇ ਮਹਿਲਾ ਵਿਸ਼ਵ ਕ੍ਰਿਕਟ ਕਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਦੇਸ਼ ਵਾਸੀਆਂ ਦਾ ਸਿਰ ਮਾਨ ਨਾਲ ਉੱਚਾ ਕੀਤਾ ਹੈ ਤੇ ਇਹਨਾਂ ਬੇਟੀਆਂ ਨੂੰ ਮਿਲ ਕੇ ਉਹਨਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋਈਏ। ਬਿਹਾਰ ਸਰਕਾਰ ਚ ਜੀਡੀਯੂ ਕੋਟੇ ਤੋਂ ਮੁਸਲਮਾਨ ਮੰਤਰੀ ਖੁਸ਼ੀਦ ਉਰਫ ਫਿਰੋਜ਼ ਅਹਿਮਦ ਦੀਆਂ ਜੈ ਸ਼੍ਰੀ ਰਾਮ ਦਾ ਨਾਰਾ ਲਾਉਣ ਕਾਰਨ ਮੁਸ਼ਕਲਾਂ ਵਧ ਗਈਆਂ ਹਨ। ਇਮਾਰਤ ਸ਼ਰੀਆ ਦੇ ਮੁਫਤੀ ਸੁਹੇਲ ਅਹਿਮਦ ਕਾਸਮੀ ਨੇ ਫਤਵਾ ਜਾਰੀ ਕਰਕੇ ਕਿਹਾ ਹੈ ਕਿ ਖਰশিদ ਨੂੰ ਇਸਲਾਮ ਚੋਂ ਬੇਦਖਲ ਕਰ ਦਿੱਤਾ ਹੈ ਮੰਤਰੀ ਦਾ ਨਿਕਾਹ ਵੀ ਰੱਦ ਕਰ ਦਿੱਤਾ ਗਿਆ ਹੈ ਫਤਵਾ ਜਾਰੀ ਹੋਣ ਤੋਂ ਬਾਅਦ ਫਿਰੋਜ਼ ਨੇ ਕਿਹਾ ਕਿ ਬਿਹਾਰ ਦੀ ਜਨਤਾ ਦੇ ਪਿਆਰ ਤੇ ਸਤਿਭਾਵਨਾ ਲਈ ਜੇਕਰ ਉਹਨਾਂ ਨੂੰ ਜੈ ਸ਼੍ਰੀ ਰਾਮ ਕਹਿਣਾ ਪਵੇਗਾ ਤਾਂ ਉਹ 100 ਵਾਰ ਕਹਿਣਗੇ ਤੇ ਆਪਣੇ ਕਥਨ ਤੋਂ ਪਿੱਛੇ ਨਹੀਂ ਹਟਣਗੇ ਖਰশিদ ਪੱਛਮੀ ਚੰਪਾਰਨ ਜ਼ਿਲ੍ਹੇ ਦੇ ਸਿਕਟਾ ਸੀਟ ਤੋਂ ਜਨਤਾਦਲ ਯੂनाइटेड ਦੇ ਵਿਧਾਇਕ ਹਨ ਜੰਮੂ ਕਸ਼ਮੀਰ ਦੇ ਪੁਲਵਾਮਾ ਚ ਭਾਰਤੀ ਫੌਜ ਦੇ ਜਵਾਨਾਂ ਨੇ ਮੁਕਾਬਲੇ ਦੌਰਾਨ ਦੋ ਅਤਵਾਦੀਆਂ ਨੂੰ ਠੇਰ ਕਰ ਦਿੱਤਾ ਮਾਰੇ ਗਏ ਅਤਵਾਦੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਉਧਰ ਅਤਵਾਦੀ ਮਾਰੇ ਜਾਣ ਤੋਂ ਬਾਅਦ ਪੁਲਵਾਮਾ ਚ ਇੰਟਰਨੈਟ ਸੇਵਾਵਾਂ ਖਾਫ ਹੋ ਗਈਆਂ ਹਨ ਭਾਰਤੀ ਕੋਸਟ ਗਾਰਡ ਨੇ ਗੁਜਰਾਤ ਚ ਹੁਣ ਤੱਕ ਦੀ ਸਭ ਤੋਂ ਵੱਡੀ ਨਸ਼ੇ ਦੀ ਬਰਾਮਦਗੀ ਕਰਦੇ 1500 ਕਿਲੋ ਹੈਰੋਇਨ ਜ਼ਬਤ ਕੀਤੀ ਹੈਰੋਇਨ ਦੀ ਬਾਜ਼ਾਰ ਵਿੱਚ ਕੀਮਤ ਤਕਰੀਬਨ 3500 ਕਰੋੜ ਰੁਪਏ ਹੈ ਕੋਸਟ ਗਾਰਡ ਦੇ ਅਧਿਕਾਰੀਆਂ ਨੇ ਕਿਹਾ ਕਿ ਭਾਰਤੀ ਕੋਸਟ ਗਾਰਡ ਨੇ ਗੁਜਰਾਤ ਦੇ ਸਮੁੰਦਰੀ ਕੰਢੇ ਤੇ ਵਪਾਰੀ ਜਹਾਜ਼ ਸਮੁੰਦਰਾ ਪਾਕ ਤੋਂ ਲਗਭਗ 1500 ਕਿਲੋਗ੍ਰam ਹੈਰੋਇਨ ਫੜ ਲਈਏ। ਹਿਮਾਚਲ ਦੀਆਂ ਪਹਾੜੀਆਂ ਵਿੱਚ ਤੇਜ਼ ਬਾਰਿਸ਼ ਹੋ ਰਹੀ ਹੈ। ਤਕਰੀਬਨ ਰੋਜ਼ ਪੈ ਰਹੇ ਮੀਂਹ ਕਾਰਨ ਅਨਜੀਤ ਸਾਗਰ ਡੈਮ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ। ਡੈਮ ਵਿੱਚ ਪਾਣੀ ਦਾ ਪੱਧਰ 522.40 ਮੀਟਰ ਦਰਜ ਕੀਤਾ ਗਿਆ ਹੈ। ਇਸ ਪੱਧਰ ਤੱਕ ਪਾਣੀ ਪਹੁੰਚਣਾ ਦਾ ਮਤਲਬ ਡੈਮ ਵਿੱਚ ਸਮਰੱਥਾ ਤੋਂ ਜ਼ਿਆਦਾ ਹੋਣਾ ਹੈ। ਇਸ ਲਈ ਕਿਸੇ ਅਨੁਚਾਵੀ ਘਟਨਾ ਤੋਂ ਬਚਾ ਲਈ ਡੈਮ ਤੋਂ ਫਲੱਡ ਗੇਟ ਖੋਲ ਕੇ ਵਾਧੂ ਪਾਣੀ ਪਾਕਿਸਤਾਨ ਵਾਲੇ ਪਾਸੇ ਛੱਡ ਦਿੱਤਾ ਗਿਆ ਹੈ। ਥਾਣਾ ਗੁਰਾਇਆਂ ਦੇ ਇੰਪੈਂਡੇ ਪਿੰਡ ਕੁੜਕਾਂ ਵਿਖੇ ਨਹਿਰ ਵਿੱਚ ਇੱਕ ਤੈਰਦੀ ਹੋਈ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਮੌਕੇ ਤੇ ਪੁੱਜੀ ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਲਾਸ਼ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਗੁਰਾਇਆਂ ਦੇ ਐਸਆਈ ਪ੍ਰਤੀ ਰਾਜ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਪ੍ਰਵਾਸੀ ਮਜ਼ਦੂਰ ਕ੍ਰਿਸ਼ਨ ਵਾਸੀ ਆਤਮਾ ਔਇਲ ਸਟੋਰ ਜੀਟੀ ਰੋਡ ਗੁਰਾਇਆਂ ਵਜੋਂ ਹੋਈ ਹੈ। ਉਹਨਾਂ ਦੱਸਿਆ ਕਿ লাশ ਤੋਂ 10000 ਰੁਪਏ ਦੀ ਨਕਦੀ ਵੀ ਬਰਾਮਦ ਹੋਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਿੱਖੀਵੰਡ ਦੇ ਆਸ-ਪਾਸ ਦੇ ਸਰਕਾਰੀ ਸਕੂਲਾਂ ਵਿੱਚ ਮਿੱਡੇ ਮੀਲ ਦੇ ਰਾਸ਼ਨ ਦੀ ਸਪਲਾਈ ਕਰਨ ਵਾਲੇ ਠੇਕੇਦਾਰ ਦੇ ਕਰਨਦਿਆਂ ਤੇ ਪਿੰਡ ਵਾਸੀਆਂ ਵਿੱਚ ਰਾਸ਼ਨ ਦੇ ਘੱਟ ਵਜ਼ਨ ਨੂੰ ਲੈ ਕੇ ਖੂਨੀ ਟਕਰਾ ਹੋ ਗਿਆ ਇਸ ਝਗੜੇ ਵਿੱਚ 4 ਲੋਕ ਜ਼ਖਮੀ ਹੋਏ ਹਨ ਰਾਸ਼ਨ ਦਾ ਭਾਰ ਤੋਲਣ ਗਏ ਪਿੰਡ ਵਾਸੀ ਬਲਵਿੰਦਰ ਸਿੰਘ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉਸਨੇ ਕਿਹਾ ਕਿ ਮਿੱਡੇ ਮੀਲ ਦਾ ਰਾਸ਼ਨ ਸਪਲਾਈ ਕਰਨ ਵਾਲੇ ਠੇਕੇਦਾਰ ਅਕਸਰ ਹੀ ਸਕੂਲਾਂ ਵਿੱਚ ਰਾਸ਼ਨ ਘੱਟ ਸਪਲਾਈ ਕਰਦੇ ਹਨ ਥਾਣਾ ਪਿੱਖੀਵਿੰਡ ਦੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰਕੇ ਕੰਦੀ ਕਾਰਵਾਈ ਕੀਤੀ ਜਾ ਰਹੀ ਹੈ ਮਿੱਡੇ ਮੀਲ ਦੀ ਕਣਕ ਚੌਲ 150 ਰੁਪਿਆ ਤੋੜਾ ਘਟ ਅ 43 42 43 ਕਿਲੋ ਸਕੂਲਾਂ 'ਈ ਲਾਈ ਅਸੀਂ ਜਾ ਕੇ ਚੈੱਕ ਕੀਤੀ ਆ ਉਹਦੇ ਵਿੱਚ ਗੱਲੋਂ ਵੀ ਇਹ 150 ਰੁਪਿਆ ਤੋੜ ਦੇ ਖਾ ਰਹੇ ਸੀ ਸਤੋ ਜੀ ਗਰੀਬਾਂ ਦੇ ਬੱਚੇ ਵੇਖ ਕੇ ਜਰਿਆ ਨਹੀਂ ਗਿਆ ਅਸੀਂ ਉਹ ਗੱਡੀਆਂ ਤੋਂ ਕਣਕ ਪੂਰੀ ਲਵਾਉਣ ਦੀ ਗੱਲ ਕੀਤੀ ਆ ਤੇ ਇਹਨਾਂ ਨੇ ਸਾਨੂੰ ਗੱਡੀਆਂ ਦੇ ਮਗਰ ਅਸੀਂ ਆਪਦਾ ਚੈਕਿੰਗ ਕਰਕੇ ਤੇ ਇਹਨਾਂ ਨੂੰ ਕਣਕ ਪੂਰੀ ਸਕੂਲਾਂ 'ਈ ਲਵਾਉਣੀ ਸੀ ਨਾਲ ਰਫਲ ਲੈ ਕੇ ਆਇਆ ਇਹਨਾਂ ਨੇ ਸਾਨੂੰ ਆਉਂਦਾ ਦਾਤਰਾਣਾ ਵੱਡਣਾ ਸ਼ੁਰੂ ਕਰ ਦਿੱਤਾ ਸਾਡਾ ਤੇ 2 ਲੱਖ ਇਹਨਾਂ ਦਾ ਤੁਸੀਂ ਇਹ ਗੱਲ 'ਚ ਕੁੰਡੇ ਤੁਹਾਨੂੰ ਅਸੀਂ ਗੋਲੀਆਂ ਮਾਰ ਮਾਰ ਕੇ ਤੁਹਾਡੇ ਘਰ ਭੂਗ ਦੇਨੇ ਆਂ ਅਸੀਂ ਡਰਦੇ ਵਿਚਾਰੇ ਸਾਨੂੰ ਵੱਡਤਾ ਸਾਨੂੰ ਜੋ ਵੀ ਦਾਤਰ ਮਾਰੇ ਜੋ ਵੀ ਆ 100 ਹਜ਼ਾਰਾਂ ਬੰਦਿਆਂ ਦੇ ਸਾਹਮਣੇ ਸਾਨੂੰ ਵੱਡ ਕੇ ਛੜਕੇ ਸੁਰਤਾ ਸਾਨੂੰ ਰੱਬ ਨੇ ਬਚਾਇਆ ਗੁਰਮੁਖ ਸਿੰਘ ਸਰਪੰਚ ਪਿੰਡ ਸਾਲਪੁਰ ਇਹਨਾਂ ਨੇ ਜੀ ਟੈਂਡਰ ਲਿਆ ਹੋਇਆ ਮਿਡ ਦੇ ਮਿਲ ਦਾ ਮਿਹਡੇ ਮੀਲ ਦਾ ਟੈਂਡ ਲਿਆ ਤੇ ਇਹਨਾਂ ਦੂਜੀ ਆਪੋਜੀਸ਼ਨ ਪਾਰਟੀ ਹੈ ਦੂਜੀ ਜਿਹੜੀ ਹੈ ਜੀ ਉਹ ਹੈਗੇ ਨੇ surjeet singh balwinder singh ਤੇ kaval ji singh ਵਾਸੀ ਪਿੱਖੀ ਬਣਜੀ ਉਹਨਾਂ ਨੇ ਇਹਦਾ ਏਕ ਦੇ ਜਿਹੜਾ ਮਿਹਡੇ ਮੀਲ ਦਾ ਰਾਸ਼ਨ ਆ ਇਹ ਉਹਨਾਂ ਦੇ ਉਹਨਾਂ ਨੂੰ ਸਖਤ ਵੀ ਹੈ ਘੱਟ ਮਤਲਬ ਹੋਰ ਨਹੀਂ ਜੀ ਘੱਟ ਵੇਟ ਕਰਕੇ ਤੇ ਸਪਲਾਈ ਕਰਦੇ ਆ ਉਹਨਾਂ ਨੇ ਇਹਦੀਆਂ ਗੱਡੀਆਂ ਟਕੀਆਂ ਨੇ ਇਹਨਾਂ ਨੇ ਉਹਨਾਂ ਨੂੰ ਸਟਾ ਲਾਤੀਆਂ ਨੇ ਇਹਦੇ ਬਲਵਿੰਦਰ ਸਿੰਘ ਸਾਨੂੰ ਸਰਦ ਸਿੰਘ ਜਿਹੜਾ ਇਹ ਜਖਮੀ ਆ ਤੇ ਇਹਨਾਂ ਦੀ ਪੜਤਾਲ ਕੀਤੀ ਜਾ ਰਹੀ ਜੋ ਬਣਦੀ ਕਾਰਵਾਈ ਅਮਰਜੰਤ ਜਾਊਗਾ ਇੱਕ ਬਲਵਿੰਦਰ ਸਿੰਘ ਸਾਨੋਸਾ ਸਾਦਾ ਸਿੰਘ ਵਾਸੀ ਭੀਖੀਵੰਡ जख्मी ਹੈ ਜੀ ਦੂਜੇ ਪਾਸਿਓਂ ਵੀ ਬੰਦੇ ਤਿੰਨ जख्मी ਹੈ ਜੀ ਪੁਲਿਸ ਹਟਾ ਉਹਨਾਂ ਨੂੰ ਹਾਂ ਜੀ ਇਲਾਜ ਚੱਲਿਆ ਹਾਂ ਜੀ ਇਲਾਜ ਨਾਲ ਚੱਲ ਰਿਹਾ ਜੀ ਮੈਂ ਹੁਣ ਇਹਨਾਂ ਕੋਈ ਆ ਕੇ ਹਸਪਤਲ ਜਾ ਕੇ ਜੋ ਬਿਆਨ ਲਵਾਂਗੇ ਜੀ ਬਿਆਨ ਮਤਾ ਕੋ ਜੋ ਬਣਦੀ ਕਾਰਵਾਈ ਬਾਅਦ ਰਹਿਸਤਾ ਮਰੇ ਚਲਦੀ ਜਾਊਗੀ ਨਸ਼ੇ ਦੇ ਖਿਲਾਫ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਮੋਟਰਸਾਈਕਲ ਰੈਲੀ ਕੱਢੀ ਗਈ ਇਸ ਜਾਗਰੂਕਤਾ ਰੈਲੀ ਵਿੱਚ ਨੌਜਵਾਨਾਂ ਨੇ ਵੱਧ ਚੜ ਕੇ ਹਿੱਸਾ ਲਿਆ ਰੈਲੀ ਨੂੰ ਹਰੀ ਚੰਡੀ ਦੇਨ ਪਹੁੰਚੇ ਵਿਧਾਇਕ ਰਾਜਕੁਮਾਰ ਵੇਰਕਾ ਨੇ ਕਿਹਾ ਕਿ ਪੰਜਾਬ ਵਿੱਚੋਂ ਨਸ਼ੇ ਦੀ ਅਲਾਮਤ ਨੂੰ ਦੂਰ ਕਰਨ ਲਈ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ ਅੱਜ ਇਲਾਕਾ ਨਿਵਾਸੀਆਂ ਨੇ ਵਾਰਡ ਨੰਬਰ 4 ਔਰ ਵਾਰਡ ਨੰਬਰ 5 ਜਿਹੜਾ ਕਿ ਇਹ ਏਰੀਆ ਸਾਡੇ ਮਾਨਯੋਗ ਮੈਂਬਰ ਪਾਰਲੀਮੈਂਟ ਸਰਦਾਰ ਗੁਰਜੀਤ ਸਿੰਘ ਔਜਲਾ ਦਾ ਇਹ ਰੈ residense ਹੈ ਇੱਥੇ ਉਹਨਾਂ ਦੀ ਪ੍ਰੇਰਣਾ ਸਤਕਾ ਅੱਜ ਸਾਡੇ ਨੌਜਵਾਨ ਸਾਰੇ ਸਾਥੀਆਂ ਨੇ ਇੱਕ ਨਸ਼ਾ ਵਿਰੋਧੀ ਰੈਲੀ ਦਾ ਆਯੋਜਨ ਕੀਤਾ ਹੈ ਔਰ ਇਸ ਰੈਲੀ ਦਾ ਮਤਲਬ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜਿਸ ਨੇ ਇਸ ਗੱਲ ਦਾ ਵਾਅਦਾ ਕੀਤਾ ਹੈ ਕਿ ਇਹ ਡਰਗ ਮਾਫੀਆ ਔਰ ਡਰਗ ਨੂੰ ਜੜੋਂ ਮਕਾਉਣਾ ਹੈ ਅਤਵਾਦੀ ਸੰਗਠਨ ਅਲ ਕਾਇਦਾ ਨੇ ਕਸ਼ਮੀਰ ਵਿੱਚ ਨਵੇਂ ਜਿਹਾਦੀ ਗੁੱਟ ਦੇ ਗਠਨ ਦਾ ਐਲਾਨ ਕੀਤਾ ਹੈ। ਨਵੇਂ ਗੁੱਟ ਦਾ ਨਾਮ ਅਨਸਾਰ ਗਜ਼ਵਤ ਉਲ ਹਿੰਦ ਹੈ। ਇਸ ਦੀ ਕਮਾਂਡ ਇੱਕ ਸਥਾਨਕ ਕਮਾਂਡਰ ਜ਼ਾਹਿਰ ਮੂਸਾ ਨੂੰ ਸੌਂਪੀ ਗਈ ਹੈ। ਜ਼ਾਹਿਰ ਮੂਸਾ ਇਸ ਤੋਂ ਪਹਿਲਾਂ ਹਿਜਬੂਲ ਮੁਜਾਹਿਦੀਨ ਨਾਲ ਜੁੜਿਆ ਹੋਇਆ ਸੀ। ਕਿਹਾ ਜਾਂਦਾ ਹੈ ਕਿ ਪਿਛਲੇ ਸਾਲ ਸੁਰੱਖਿਆ ਬਲਾਂ ਨਾਲ ਮੋਟਪੇੜ ਵਿੱਚ ਬੁਰਹਾਨ ਵਾਨੀ ਦੇ ਮਾਰੇ ਜਾਣ ਤੋਂ ਬਾਅਦ ਉਸਨੇ ਕਸ਼ਮੀਰ ਵਿੱਚ ਹਿਜਬੂਲ ਦੀ ਕਮਾਂਡ ਸੰਭਾਲੀ ਸੀ। ਤੇਜਨ ਵਾਲੀ ਅਜੀਤ ਖਬਰਾਂ ਦਾ ਅੱਜ ਦਾ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ ਕੱਲ ਤੋਂ ਅਡੀ ਖidmat ਵਿੱਚ ਤਾਜ਼ਾਤਰੀਨ ਖਬਰਾਂ ਦਾ ਖੂਰ ਬੁਲੇਟਿਨ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਵੇਖਦੇ ਰਹੋ ਅਜੀਤ ਵੈਬ ਟੀਵੀ